मैं थोड़े नाल गुरप्रीत सिंह चट्ठा। वड्डी खबर सामने आ रही है कांग्रेस के प्रधान नूं लैके। सूबियां दे अंदर जो प्रधान लगाए जाने ने, खास तौर पर पंजाब दे अंदर कांग्रेस का कौन प्रधान होएगा उस नूं लैके अज कांग्रेस की अहम मीटिंग हुई है। तो नामां दे नाम मंगे गए ने प्रधानगी दे लई। ते उधर नवजोत सिंह सिद्धू दे वल्लों इस दे विचाले वड्डा धमाका किया गया। नवजोत सिद्धू दा तड़ा मीटिंग करदा नजर आ रहा। आखिर किसते नाल मीटिंग की जा रही है? तो नवजोत सिंह सिद्धू दे वल्लों जो मीटिंग की जा रही है उस दे विच कौन कौन शामिल है? तो तड़ेबाजी है जिहड़ी इस वक्त पंजाब दे अंदर कांग्रेस दे अंदर नज़र आ रही है। तो तमाम जानकारी देवांगे तुहानू। तो साडे नाल इस वक्त साडे सीनियर पत्रकार अवतार सिंह गिल मौजूद ने। गिल साहब, जिस तरीके दे नाल प्रधानगी नूं लैके शशो पंज दे विच कांग्रेस के अगला प्रधान कौन होएगा, तो उधर नवजोत सिंह सिद्धू दे वल्लों भी उस पीरियड के दौरान मीटिंग की जा रही है, तो की उन्होंने वल्लों भी अपना नाम पेश किया जाएगा? चट्ठा साहब, देखो ये तो होना ही सीगा। जिस तरह के नाल कांग्रेस पार्टी लगातार जिहड़ी प्रधानगी नूं लैके शशो पंज पई हुई है, तो दूजे पासे जिहड़ा विरोधी धिर दा नेता हैगा वह भी हले तक नहीं लगाया गया, तो उस दे चलदे हुण लामबंदी नवजोत सिंह सिद्धू वालों जिहड़ा एक वड्डा धमाका कह सकते हैं, क्योंकि कांग्रेस हाईकमान नूं हिलाउण की कोशिश की गई है। क्योंकि लगातार देखो मीटिंग की जा रही है, कपूरथला दे विच मीटिंग हो रही है। नवतेज सिंह चीमा जो कि सुल्तानपुर लोधी तो चोण लड़े सी कांग्रेस वालों, उन्होंने ग्रह विखे मीटिंग हो रही है। तो मीटिंग दे विच 20 तो 22 जिहड़े विधायक ने वो हिस्सा लै रहे हैं। नवजोत सिंह सिद्धू आप हाजिर ने उत्थे, ते कह लिए कि जिहड़े उम्मीदवार इस बार चोणां लड़े सी वह भी उत्थे हाजिर ने। तो मैं तुहानू नां पहलां दसदा, नवजोत सिंह सिद्धू, अश्वनी शेखड़ी, तो सुखपाल खैरा, सुनील दत्ती, तो बलविंदर सिंह लाडी, नजर सिंह मानशाइया, तो होर बहुत सारे जिहड़े MLA विधायक रह चुके ने ਇਹ ਉੱਥੇ ਮੀਟਿੰਗ ਦੇ ਵਿੱਚ ਹਾਜ਼ਰ ਨੇ। ਤਾਂ ਹੁਣ ਅਗਰ ਗੱਲ ਕਰ ਲਈਏ ਜਿਸ ਤਰ੍ਹਾਂ ਦੇ ਨਾਲ ਪ੍ਰਧਾਨਗੀ ਦਾ ਹੁਣ ਜਿਹੜਾ ਰੌਲਾ ਪਿਆ ਹੈਗਾ, ਉਸੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪ੍ਰਧਾਨਾਂ ਦੇ ਲਈ ਨਾਂ ਮੰਗੇ ਗਏ ਨੇ, ਤਾਂ ਇੱਕ ਤਰ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਆਪਣਾ ਇੱਕ ਸ਼ਕਤੀ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਵੱਡਾ ਸ਼ਕਤੀ ਪ੍ਰਦਰਸ਼ਨ ਕਹਿ ਸਕਦੇ ਹਾਂ, ਕਿਉਂਕਿ 22 ਤੋਂ 25 ਜਿਹੜੇ MLA ਅਤੇ ਹੋਰ ਜਿਹੜੇ ਉਮੀਦਵਾਰ ਜਿਹੜੇ ਚੋਣ ਲੜ ਚੁੱਕੇ ਨੇ ਇਸ ਵਾਰ, ਬੇਸ਼ੱਕ ਚੋਣਾਂ ਦੇ ਵਿੱਚ ਹਾਰ ਗਏ ਨੇ, ਲੇਕਿਨ ਕਿਤੇ ਨਾ ਕਿਤੇ ਇੰਨੇ ਬੰਦੇ ਇਕੱਠੇ ਕਰਨਾ ਇੱਕ ਵੱਡਾ ਧੜਾ ਜ਼ਰੂਰ ਬਣ ਰਿਹਾ, ਜੋ ਕਿ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੇ ਦੁਬਾਰਾ ਪੱਖ ਦੇ ਵਿੱਚ ਭੁਗਤਦਾ ਨਜ਼ਰ ਆਵੇਗਾ। ਔਰ ਪੰਜਾਬ ਦੇ ਵਿੱਚੋਂ ਦੁਬਾਰਾ ਪ੍ਰਧਾਨਗੀ ਦੇ ਲਈ ਨਵਜੋਤ ਸਿੰਘ ਸਿੱਧੂ ਦਾ ਨਾਂ ਹੈ ਜਿਹੜਾ ਉਹ ਹੀ ਭੇਜਿਆ ਜਾਵੇਗਾ, ਜਿੱਥੋਂ ਤੱਕ ਮੈਨੂੰ ਲੱਗ ਰਿਹਾ। ਜਿਸ ਤਰੀਕੇ ਨਾਲ ਆਪਾਂ ਧੜੇਬੰਦੀ ਦੀ ਗੱਲ ਕਰ ਰਹੇ ਹਾਂ ਪਾਰਟੀ ਦੇ ਅੰਦਰ, ਤਾਂ ਨਵਤੇਜ ਸਿੰਘ ਚੀਮਾ ਨੇ ਜਿਹੜੇ ਉਹ ਵਿਧਾਇਕ ਰਹੇ ਨੇ ਪਹਿਲਾਂ, ਤਾਂ ਇਸ ਵਾਰ ਰਾਣਾ ਗੁਰਜੀਤ ਸਿੰਘ ਨੇ ਜਿਹੜੇ ਉਹਨਾਂ ਦਾ ਬੇਟਾ ਉੱਥੋਂ ਚੋਣ ਜਿੱਤਦਾ ਜ਼ਿਆਦਾ ਤੌਰ 'ਤੇ, ਅਤੇ ਉੱਧਰੋਂ ਰਾਣਾ ਗੁਰਜੀਤ ਸਿੰਘ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤਦੇ ਨੇ ਅਤੇ ਨਵਤੇਜ ਚੀਮਾ ਨੂੰ ਹਰਾ ਦਿੱਤਾ ਜਾਂਦਾ, ਤਾਂ ਜੇਕਰ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਘਰ ਮੀਟਿੰਗ ਰੱਖੀ ਗਈ ਹੈ, ਤਾਂ ਇੱਥੋਂ ਕੀ ਸਾਬਤ ਹੁੰਦਾ? ਦੇਖੋ ਇਹ ਤਾਂ ਸਾਫ ਹੀ ਆ। ਹੁਣ ਦੇਖੋ ਜਿਸ ਤਰ੍ਹਾਂ ਦੇ ਨਾਲ ਰਾਣਾ ਗੁਰਜੀਤ ਵੱਲੋਂ ਆਪਣੇ ਬੇਟੇ ਨੂੰ ਉਤਾਰਿਆ ਗਿਆ ਸੀ, ਜਿਸ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਹੀ ਟਿਕਟ ਦਿੱਤੀ ਜਾਊਗੀ, ਲੇਕਿਨ ਦੋ ਟਿਕਟਾਂ ਕਿਸੇ ਵੀ ਹਾਲ ਦੇ ਵਿੱਚ ਨਹੀਂ ਦਿੱਤੀਆਂ ਜਾਣਗੀਆਂ, ਤਾਂ ਉਸੇ ਦੇ ਚੱਲਦੇ ਰਾਣਾ ਗੁਰਜੀਤ ਵੱਲੋਂ ਇਹ ਜਿਹੜਾ ਦਾਅ ਖੇਡਿਆ ਗਿਆ ਸੀਗਾ, ਦੇਖੋ ਨਵਤੇਜ ਸਿੰਘ ਚੀਮਾ ਨੂੰ ਹਰਾਇਆ ਗਿਆ ਉੱਥੋਂ, ਜਾਂ ਫਿਰ ਕਹਿ ਲਈਏ ਕਿ ਇੱਕ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਵੇਵ ਵਗ ਰਹੀ ਸੀ, ਹਨੇਰੀ ਵਗ ਰਹੀ ਸੀ, ਉਸ ਦੇ ਵਿੱਚ ਵੀ ਰਾਣਾ ਗੁਰਜੀਤ ਦੇ ਬੇਟੇ ਇੰਦਰ ਪ੍ਰਤਾਪ ਦਾ ਜਿੱਤਣਾ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕਰਦਾ, ਕਿਉਂਕਿ ਰਾਣਾ ਗੁਰਜੀਤ ਖੁਦ 22 ਤੋਂ 25 ਦਿਨ ਉਸਦਾ ਚੋਣ ਪ੍ਰਚਾਰ ਕਰਦੇ ਰਹੇ ਨੇ, ਤਾਂ ਕਾਂਗਰਸ ਦੇ ਵਿੱਚ ਇੱਕ ਹਲਚਲ ਪੈਦਾ ਹੋ ਗਈ ਹੈ, ਕਿਉਂਕਿ ਦੇਖੋ ਕਪੂਰਥਲਾ ਹੈਗਾ ਜਿਹੜਾ ਰਾਣਾ ਗੁਰਜੀਤ ਦਾ ਗੜ੍ਹ ਹੈਗਾ, ਤਾਂ ਉੱਥੇ ਹੀ ਮੀਟਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਤੁਸੀਂ ਮਾਇਨੇ ਸਮਝ ਸਕਦੇ ਹੋ ਇਸਦੇ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਜਿਹੜੀ ਕਾਂਗਰਸ ਦੇ ਵਿਧਾਇਕ ਹੈਗੇ ਨੇ ਉਹ ਲਾਮਬੰਦ ਹੋਣਾ ਸ਼ੁਰੂ ਹੋ ਗਏ ਨੇ, ਕਿਉਂਕਿ ਮੁੱਦਾ ਪ੍ਰਧਾਨਗੀ ਦਾ ਵੀ ਹੈਗਾ, ਤਾਂ ਇਸ ਵਾਰ ਨਵਜੋਤ ਸਿੱਧੂ ਨੇ ਜਿਹੜੇ ਉਹ ਕਿਸੇ ਤਰ੍ਹਾਂ ਦਾ ਮੌਕਾ ਗਵਾਉਣਾ ਨਹੀਂ ਚਾਹੁੰਦੇ, ਜਿਸ ਲਈ ਪੂਰੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ। ਜਿਵੇਂ ਤੁਸੀਂ ਗੱਲ ਕੀਤੀ ਆ, 20 ਵਿਧਾਇਕ ਲਗਭਗ ਉੱਥੇ ਜਿਹੜੇ ਨੇ ਸਾਬਕਾ ਵਿਧਾਇਕ ਉੱਥੇ ਪਹੁੰਚੇ ਨੇ ਮੀਟਿੰਗ ਦੇ ਵਿੱਚ, ਤਾਂ ਪ੍ਰਧਾਨਗੀ ਨੂੰ ਲੈ ਕੇ ਗੱਲ ਹੋ ਰਹੀ ਹੈ ਕਿ ਕੌਣ ਹੋਏਗਾ ਅਗਲਾ ਪ੍ਰਧਾਨ, ਤਾਂ ਕੀ ਲੱਗਦਾ ਹੈ ਇਹਨਾਂ 20 ਨਾਵਾਂ ਦੇ ਵਿੱਚ ਕਿਹੜਾ ਵੱਡਾ ਚਿਹਰਾ ਹੈ ਜਿਸ ਦਾ ਨਾਮ ਨਵਜੋਤ ਸਿੰਘ ਸਿੱਧੂ ਅੱਗੇ ਰੱਖ ਸਕਦੇ ਨੇ ਹਾਈਕਮਾਨ ਦੇ? ਦੇਖੋ ਇਹ ਤਾਂ ਹੁਣ ਜਿਹੜੀ ਮੀਟਿੰਗ ਆ ਉਸ ਤੋਂ ਬਾਅਦ ਹੀ ਸਾਫ਼ ਹੋ ਸਕੇਗਾ, ਪਰ ਲੇਕਿਨ ਦੇਖੋ ਪ੍ਰਧਾਨਗੀ ਦੇ ਲਈ ਜੇਕਰ ਗੱਲ ਕਰ ਲਈਏ ਤਾਂ ਜਿਸ ਤਰ੍ਹਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਹੈਗੇ ਨੇ ਉਹਨਾਂ ਦਾ ਵੀ ਨਾਂ ਰੱਖਿਆ ਜਾ ਸਕਦਾ, ਜਾਂ ਫਿਰ ਗੱਲ ਕਰ ਲਈਏ ਜਿਸ ਤਰ੍ਹਾਂ ਦੇ ਨਾਲ ਪੁਰਾਣੇ ਜਿਹੜੇ ਨੇਤਾ ਹੈਗੇ ਨੇ ਉੱਥੇ ਪਹੁੰਚੇ ਹੋਏ ਨੇ ਜਿਹੜੇ ਵਿਧਾਇਕ ਹੈਗੇ ਨੇ
ਹੁਣ ਉਹ ਡਿਸਾਈਡ ਕਰਨਗੇ ਕਿ ਜਿਹੜਾ ਨਾਂ ਪ੍ਰੋਜੈਕਟ ਕੀਤਾ ਜਾਵੇ ਉਹ ਨਵਜੋਤ ਸਿੰਘ ਸਿੱਧੂ ਦਾ ਦੁਬਾਰਾ ਨਾਂ ਭੇਜਿਆ ਜਾਵੇ ਅਤੇ ਜਾਂ ਫਿਰ ਸੁਖਪਾਲ ਸਿੰਘ ਖਹਿਰਾ ਦਾ ਨਾਂ ਭੇਜਿਆ ਜਾਵੇ ਜਾਂ ਫਿਰ ਕੋਈ ਹੋਰ ਕੱਦਵਾਰ ਜਿਹੜਾ ਲੀਡਰ ਹੈਗਾ, ਕਿਉਂਕਿ ਦੇਖੋ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਧੜੇਬੰਦੀ ਨਜ਼ਰ ਆਈ ਹੈ, ਜਿਸ ਤਰ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਆਪਣੇ ਰਾਹ ਤੁਰ ਰਹੇ ਨੇ, ਅਤੇ ਦੂਜੇ ਪਾਸੇ ਗੱਲ ਕਰ ਲਈਏ ਰਾਣਾ ਗੁਰਜੀਤ ਆਪਣੇ ਰਾਹ ਤੁਰ ਰਹੇ ਨੇ, ਕਿਉਂਕਿ ਉਹਨਾਂ ਵੱਲੋਂ ਇੱਕ ਤਰ੍ਹਾਂ ਦੇ ਨਾਲ ਪੂਰਾ ਸਮਰਥਨ ਦਿੱਤਾ ਗਿਆ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਨਵਤੇਜ ਸਿੰਘ ਚੀਮਾ ਨੂੰ ਹਰਾਇਆ ਗਿਆ, ਕਿਉਂਕਿ ਦੇਖੋ ਜਿਸ ਤਰ੍ਹਾਂ ਆਪ ਦੀ ਬੇਵਗ ਰਹੀ ਸੀ ਤਾਂ ਹੋ ਸਕਦਾ ਸੀ ਕਿ ਜੇਕਰ ਪੂਰਾ ਜ਼ੋਰ ਲਾਇਆ ਜਾਂਦਾ ਤਾਂ ਇਹ ਸੁਲਤਾਨਪੁਰ ਲੋਧੀ ਸੀਟ ਹੈ ਜਿਹੜੀ ਉਹ ਨਿਕਲ ਜਾਂਦੀ, ਕਾਂਗਰਸ ਦੀ ਸੀਟ ਨਿਕਲ ਜਾਂਦੀ, ਲੇਕਿਨ ਰਾਣਾ ਇੰਦਰ ਪ੍ਰਤਾਪ ਦੇ ਖੜਨ ਕਰਕੇ ਇਹ ਵੀ ਸੀਟ ਕਾਂਗਰਸ ਦੇ ਹੱਥੋਂ ਜਾਂਦੀ ਰਹੀ। ਤਾਂ ਹੁਣ ਇਹ ਉੱਥੇ ਮੀਟਿੰਗ ਦੇ ਵਿੱਚ ਇਹੀ ਤੈਅ ਕੀਤਾ ਜਾਵੇਗਾ ਕਿ ਨਾ ਕਿਸ ਦਾ ਪ੍ਰੋਜੈਕਟ ਕੀਤਾ ਜਾਵੇ। ਹੋ ਸਕਦਾ ਕਿ ਦੁਬਾਰਾ ਨਵਜੋਤ ਸਿੰਘ ਸਿੱਧੂ ਦਾ ਹੀ ਨਾਂ ਭੇਜਿਆ ਜਾਵੇ, ਕਿਉਂਕਿ ਸਿੱਧੂ ਬਹੁਤ ਵੱਡੇ ਲੀਡਰ ਨੇ, ਬਹੁਤ ਕੱਦਵਰ ਲੀਡਰ ਨੇ, ਬਹੁਤ ਵੱਡਾ ਨਾਂ ਹੈਗਾ ਨਵਜੋਤ ਸਿੰਘ ਸਿੱਧੂ। ਇੱਕ ਤਰ੍ਹਾਂ ਦੇ ਨਾਲ ਜੇ ਕਹਿ ਲਈਏ ਕਿ ਬ੍ਰਾਂਡ ਕਹਿ ਸਕਦੇ ਆਪਾਂ ਨਵਜੋਤ ਸਿੰਘ ਸਿੱਧੂ ਨੂੰ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਵਿਸ਼ਵ ਪੱਧਰ 'ਤੇ ਉਹ ਆਪਣੀ ਪਛਾਣ ਰੱਖਦੇ ਨੇ ਔਰ ਆਪਣੀ ਗੱਲ ਕਰਨ ਦਾ ਉਹਨਾਂ ਦਾ ਜਿਹੜਾ ਲਹਿਜਾ ਹੈਗਾ, ਬੇਸ਼ੱਕ ਥੋੜ੍ਹਾ ਪਿਛਲੀਆਂ ਚੋਣਾਂ ਦੇ ਵਿੱਚ ਜਿਹੜਾ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਉਹਨਾਂ 'ਤੇ ਬਹੁਤ ਭਾਰੂ ਪਿਆ, ਕਿਉਂਕਿ ਲਗਾਤਾਰ ਉਹਨਾਂ ਦੀ ਜਿਹੜੀ ਬੋਲਬਾਣੀ ਹੈਗੀ ਉਹ ਚੰਗੀ ਨਹੀਂ ਸੀ, ਲੇਕਿਨ ਇਸ ਵਾਰ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਥੋੜ੍ਹਾ ਤਿਆਰੀ ਦੇ ਨਾਲ ਉੱਤਰ ਰਹੇ ਨੇ ਅਤੇ ਆਪਣਾ ਜਿਹੜਾ ਰਵੱਈਆ ਉਹਨਾਂ ਨੇ ਉਹ ਵੀ ਕਾਫੀ ਜ਼ਿਆਦਾ ਠੀਕ ਕਰ ਲਿਆ। ਬਾਕੀ ਦੇਖਦੇ ਹਾਂ ਕਿ ਕੀ ਬਣਦਾ, ਲੇਕਿਨ ਜਿਹੜਾ ਸ਼ਕਤੀ ਪ੍ਰਦਰਸ਼ਨ ਆ ਇੱਕ ਤਰ੍ਹਾਂ ਦੇ ਨਾਲ ਸਿੱਧਾ ਸਿੱਧਾ ਇਸ਼ਾਰਾ ਕਿ ਜਿਹੜੇ ਟਕਸਾਲੀ ਜਿਹੜੇ ਕਾਂਗਰਸੀ ਹੈਗੇ ਨੇ ਪੁਰਾਣੇ, ਉਹਨਾਂ ਨੂੰ ਕੱਟ ਕੇ ਇੱਕ ਤਰ੍ਹਾਂ ਦੇ ਨਾਲ ਇੱਕ ਵੱਡਾ ਧੜਾ ਖੜਾ ਕੀਤਾ ਜਾ ਰਿਹਾ ਜਿਹੜਾ ਕਿ ਮਜ਼ਬੂਤ ਬਣ ਕੇ ਉੱਭਰਨ ਦੀ ਕੋਸ਼ਿਸ਼ ਕਰੇਗਾ। ਬਿਲਕੁਲ, ਅਤੇ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਸਥਿਤੀ ਰਹੀ ਹੈ, ਆਪਾਂ ਦੇਖੀ ਜਾਵੇ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣਦੇ ਨੇ ਤਾਂ ਉਦੋਂ ਵੀ ਕਾਫੀ ਰੌਲਾ ਪੈਂਦਾ, ਉਸ ਤੋਂ ਬਾਅਦ ਗੱਲ ਕੀਤੀ ਜਾਵੇ ਜਦੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਉਦੋਂ ਵੀ ਕਈ ਨਾਵਾਂ ਨੂੰ ਲੈ ਕੇ ਰੌਲਾ ਪੈਂਦਾ, ਤਾਂ ਕਿਤੇ ਨਾ ਕਿਤੇ ਨਾਰਾਜ਼ਗੀਆਂ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ। ਅਤੇ ਜੇਕਰ ਹੁਣ ਮੌਜੂਦਾ ਦੌਰ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਕੋਈ ਪ੍ਰਧਾਨ ਬਣਾਇਆ ਜਾਂਦਾ ਭਾਵੇਂ ਕਿਸੇ ਨੂੰ ਵੀ ਬਣਾਇਆ ਜਾਵੇ ਤਾਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਕਿਹੋ ਜਿਹੀ ਸਥਿਤੀ ਰਹਿਣ ਵਾਲੀ ਹੈ? ਦੇਖੋ ਜੱਠਾ ਸਾਹਿਬ, ਸਥਿਤੀ ਤਾਂ ਹੁਣ 5 ਸਾਲ ਤਾਂ ਹੁਣ ਇਹਨਾਂ ਨੂੰ ਪੂਰੀ ਕੋਸ਼ਿਸ਼ ਕਰਨੀ ਪੈਣੀ ਹੈ ਕਿ ਕਾਂਗਰਸ ਨੂੰ ਦੁਬਾਰਾ ਤੋਂ ਸਿਰ ਪੈਰੀਂ ਖੜਾ ਕੀਤਾ ਜਾਵੇ, ਕਿਉਂਕਿ ਦੇਖੋ ਜੋ ਹਾਲਾਤ ਬਣੇ ਨੇ ਇਸ ਵਾਰ, ਜਿਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਨੇ, ਜਿਸ ਤਰ੍ਹਾਂ ਦੇ ਨਾਲ ਧੜੇਬੰਦੀਆਂ ਹੋਈਆਂ ਨੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਦੀ, ਤਾਂ ਉਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ 1 ਮਿੰਟ ਦੇ ਲਈ ਅਨਾਊਂਸ ਕਰ ਦਿੱਤੇ ਗਏ ਸੀ, ਇੱਕ ਤਰ੍ਹਾਂ 1 ਮਿੰਟ ਦੇ ਲਈ ਪੂਰਾ ਸਾਰੇ ਪਾਸੇ ਗੱਲ ਚਲੀ ਗਈ ਸੀ, ਅੱਗ ਦੀ ਤਰ੍ਹਾਂ ਫੈਲ ਗਈ ਸੀ ਕਿ ਰੰਧਾਵਾ ਸਾਹਿਬ ਨੂੰ ਜਿਹੜਾ ਮੁੱਖ ਮੰਤਰੀ ਬਣਾ ਦਿੱਤਾ ਗਿਆ, ਲੇਕਿਨ ਐਨ ਮੌਕੇ ਦੇ ਉੱਤੇ ਕਾਂਗਰਸ ਦੀ ਹਾਈਕਮਾਨ ਨੇ ਜਿਹੜਾ ਆਪਣਾ ਪੱਤਾ ਖੇਡਿਆ, ਕਿਉਂਕਿ ਅਕਾਲੀ ਦਲ ਨੇ ਉਸ ਵੇਲੇ ਜਿਹੜਾ ਪੱਤਾ ਖੇਡਿਆ ਸੀ, ਸਿਆਸੀ ਪੱਤਾ ਕਹਿ ਸਕਦੇ ਹਾਂ ਆਪਾਂ ਉਹਨੂੰ, ਦਲਿਤ ਵਾਲਾ, ਉਸ ਨੂੰ ਕੱਟਣ ਦੇ ਲਈ ਤਾਂ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਂਦਾ ਗਿਆ। ਲੇਕਿਨ ਦੇਖੋ ਚਰਨਜੀਤ ਸਿੰਘ ਚੰਨੀ ਨੂੰ ਬੇਸ਼ੱਕ ਅੱਗੇ ਲਿਆਂਦਾ, ਐਲਾਨ ਬਹੁਤ ਸਾਰੇ ਉਹਨਾਂ ਨੇ ਕੀਤੇ, ਲੇਕਿਨ ਕੰਮ ਕੋਈ ਨਾ ਹੋਇਆ, ਤਾਂ ਇਹੀ ਚੀਜ਼ ਹੈ ਜਿਹੜੀ ਕਾਂਗਰਸ ਦੇ ਉੱਤੇ ਭਾਰੂ ਪਈ ਆ। ਲੇਕਿਨ ਇਸ ਵਾਰ ਦੇਖਦੇ ਹਾਂ, ਹੁਣ ਮਜ਼ਬੂਤ ਕਰਨ ਦੇ ਲਈ 5 ਸਾਲ ਕਾਂਗਰਸ ਨੂੰ ਪੂਰੀ ਲਾਮਬੰਦੀ ਕਰਨੀ ਪਊਗੀ, ਔਰ ਜਿਹੜੀ ਧੜੇਬੰਦੀ ਹੈ ਜਦੋਂ ਤੱਕ ਇਹ ਧੜੇਬੰਦੀ ਖਤਮ ਨਹੀਂ ਹੁੰਦੀ ਉਦੋਂ ਤੱਕ ਕਾਂਗਰਸ ਸਿਰ ਪੈਰ ਹੁੰਦੀ ਨਜ਼ਰ ਆ ਨਹੀਂ ਰਹੀ। ਅੱਜ ਦੀ ਮੀਟਿੰਗ ਨਵਜੋਤ ਸਿੱਧੂ ਜਿਹੜੀ ਹੋ ਰਹੀ ਹੈ, ਜੇਕਰ ਜਿੱਤੇ ਹੋਏ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਇੱਕ ਵੱਡਾ ਚਿਹਰਾ ਨੇ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਹੋ ਸਕਦਾ ਪ੍ਰਧਾਨਗੀ ਦੇ ਲਈ ਉਹਨਾਂ ਦਾ ਨਾਮ ਅੱਗੇ ਰੱਖਿਆ ਜਾਵੇ, ਤਾਂ ਵਿਰੋਧੀ ਧਿਰ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਲੀਡਰ ਨੇ ਦਾਅਵੇਦਾਰੀਆਂ ਜਿਤਾ ਰਹੇ ਸੀਗੇ ਆਪੋ ਆਪਣੀਆਂ, ਤਾਂ ਜੇਕਰ ਸੁਖਪਾਲ ਖਹਿਰਾ ਦਾ ਨੰਬਰ ਪ੍ਰਧਾਨਗੀ ਲਈ ਨਹੀਂ ਲੱਗਦਾ ਤਾਂ ਕੀ ਵਿਰੋਧੀ ਧਿਰ ਦੇ ਵਾਸਤੇ ਲੱਗ ਸਕਦਾ ਚਾਂਸ ਹੈਗੇ ਨੇ? ਦੇਖੋ ਚੱਠਾ ਸਾਹਿਬ, ਵਿਰੋਧੀ ਧਿਰ ਦਾ ਨੇਤਾ ਜਿਹੜਾ ਬਹੁਤ ਮਜ਼ਬੂਤ ਹੋਣਾ ਚਾਹੀਦਾ, ਬਹੁਤ ਗਿਆਨਵਾਨ ਹੋਣਾ ਚਾਹੀਦਾ। ਤਾਂ ਸਭ ਤੋਂ ਅਗਰ ਆਪਾਂ ਪਹਿਲੇ ਨੰਬਰ 'ਤੇ ਵਿਚਾਰੀਏ ਤਾਂ ਸੁਖਪਾਲ ਸਿੰਘ ਖਹਿਰਾ ਦਾ ਨਾਂ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ, ਕਿਉਂਕਿ ਮੁੱਦਿਆਂ ਦੇ ਉੱਤੇ ਪਕੜ ਬਹੁਤ ਆ ਉਹਨਾਂ ਦੀ, ਉਹਨਾਂ ਨੂੰ ਕਹਿ ਲਈਏ ਐਕਸਪੀਰੀਅੰਸ ਵੀ ਹੈਗਾ, ਆਮ ਆਦਮੀ ਪਾਰਟੀ ਵੱਲੋਂ ਰਹੇ ਆ ਉਹ 1 ਸਾਲ ਵਿਰੋਧੀ ਧਿਰ ਦੇ ਨੇਤਾ। ਤਾਂ ਦੂਜੇ ਪਾਸੇ ਰਾਜਾ ਵੜਿੰਗ ਜਿੱਤੇ ਨੇ, ਦਾਅਵੇਦਾਰੀ ਉਹਨਾਂ ਦੀ ਵੀ ਹੈਗੀ ਆ, ਉਹ ਵੀ ਕਿਹਾ ਜਾ ਰਿਹਾ ਕਿ ਵਿਚਾਰਿਆ ਜਾ ਰਿਹਾ ਨਾ ਹੋ ਸਕਦਾ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ 3 ਮਹੀਨੇ 'ਚ ਆਪਣੇ ਆਪ ਨੂੰ ਸਾਬਤ ਕੀਤਾ, ਜਿਸ ਤਰ੍ਹਾਂ ਉਹਨਾਂ ਨੇ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਕੰਮ ਕੀਤਾ, ਤਾਂ ਕਿਤੇ ਨਾ ਕਿਤੇ ਉਹਨਾਂ ਦਾ ਕੰਮ ਜ਼ਰੂਰ ਬੋਲਦਾ, ਇਹੀ ਕੰਮ ਉਹਨਾਂ ਦੀ ਜਿੱਤ ਦਾ ਕਾਰਨ ਬਣਿਆ। ਕਿਉਂਕਿ ਦੇਖੋ ਜਿਸ ਤਰ੍ਹਾਂ ਦੇ ਨਾਲ ਇੱਕ ਵੇਵ ਸੀ, ਉਸ ਦੇ ਵਿੱਚ ਕਾਂਗਰਸ ਦੇ ਵਿਧਾਇਕਾਂ ਦਾ ਜਿੱਤਣਾ ਬਹੁਤ ਵੱਡੀ ਗੱਲ ਹੈ, ਜਿਹੜੀਆਂ ਸੀਟਾਂ ਨਿਕਲੀਆਂ ਨੇ ਬੇਸ਼ੱਕ ਉਹ ਬਹੁਤ ਥੋੜ੍ਹੇ ਮਾਰਜਨ 'ਤੇ ਨਿਕਲੀਆਂ ਨੇ, ਪਰ ਜਿੱਤ ਕੇ ਸਾਹਮਣੇ ਆਉਣਾ ਬਹੁਤ ਵੱਡੀ ਗੱਲ ਹੈ। ਤਾਂ ਹੋ ਸਕਦਾ ਕਿ ਪਹਿਲੇ ਨੰਬਰ 'ਤੇ ਸੁਖਪਾਲ ਸਿੰਘ ਖਹਿਰਾ ਜਾਂ ਫਿਰ ਉਸ ਤੋਂ ਬਾਅਦ ਤੁਹਾਡੇ ਆਹ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਇਹਨਾਂ ਦਾ ਨਾਂ ਵੀ ਹੋ ਸਕਦਾ। ਤਾਂ ਇਸ ਰੇਸ ਦੇ ਵਿੱਚ ਜੇਕਰ ਗੱਲ ਕਰ ਰਹੇ ਸੁਖਜਿੰਦਰ ਸਿੰਘ ਰੰਧਾਵਾ ਵੀ ਹੋ ਸਕਦੇ ਨੇ, ਕਿਉਂਕਿ ਉਹ ਵੀ ਜਿੱਤੇ ਨੇ। ਤਾਂ ਇਹ 3 ਵੱਡੇ ਨਾਂ ਹੈਗੇ ਨੇ ਜਿਹੜੇ ਵਿਚਾਰੇ ਜਾ ਸਕਦੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਚੱਠਾ ਸਾਹਿਬ।
ਤਾਂ ਕਈ ਨਾਮ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਪ੍ਰਧਾਨਗੀ ਲਈ ਅਤੇ ਜਾਂ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਲੀਡਰ ਦਾ ਨਾਮ ਅੱਗੇ ਰੱਖਿਆ ਜਾ ਸਕਦਾ ਹੈ। ਤਾਂ ਵੱਡੇ ਚਿਹਰਿਆਂ ਦੇ ਵਿੱਚੋਂ ਕਿਸ ਦਾ ਨਾਮ ਅੱਗੇ ਰੱਖਿਆ ਜਾਂਦਾ ਹੈ, ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਪਾਰਟੀ ਦੇ ਅੰਦਰ ਨਜ਼ਰ ਆਉਂਦਾ, ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਲ ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਫਿਲਹਾਲ ਹੁਣ ਤੱਕ ਲੈਣਾ ਹੀ, ਦਿਓ ਇਜਾਜ਼ਤ, ਧੰਨਵਾਦ।